Assalamu alaikum ji, main tuhanu apna host Baba ji, Save Historical Places of Pakistan, Save Gurdwaras Temples Pakistan, Sikh Period Footsteps in Pakistan, Punjab Page, ye hai mera Pakistan, Peshawar Singh, aur Khoray sach santali de, a bitter truth of 1947. Khoray sach santali de naal main aaj aaya hoon Sukho shehar de vich. Sukho shehar jehda ke jisne naam kadi itihasik naam jehda si oh si Sikho. ਸਿੱਖੋ ਤੋਂ ਵਿਗੜਦਾ ਹੋਇਆ ਇਹ ਸੁੱਖੋ ਬਣ ਗਿਆ ਔਰ ਇਹਦੀ ਤਾਰੀਖ ਜਿਹੜੀ ਹੈ ਉਹ ਬੜੀ ਮਜ਼ੇਦਾਰ ਕਿਸਮ ਦੀ ਤਾਰੀਖ ਹੈ ਔਰ ਬੜਾ ਗੋਲਡਨ ਸਮਝ ਲਓ ਟਾਈਮ ਹੈ ਜਿਹਦੇ ਵਿੱਚ ਤੁਸੀਂ ਅਗਰ ਦੇਖੋ ਤਾਂ ਮੈਨੂੰ ਤਾਂ ਪਹਿਲੇ ਬਹੁਤ ਕੁਛ ਪਤਾ ਲੇਕਿਨ ਇਹ ਕਿ ਮੈਂ ਪ੍ਰਾਈਵੇਟ ਜਿਹੜੇ ਸੋਰਸਿਸ ਨੇ ਜਾਂ ਪ੍ਰਾਇਮਰੀ ਸੋਰਸਿਸ ਨੇ ਲੋਕ ਮੈਂ ਉਹਨਾਂ ਨਾਲ ਗੱਲ ਕਰਨਾ ਚਾਹਾਂਗਾ ਅਤੇ ਉਹਨਾਂ ਕੋਲੋਂ ਮੈਂ ਪਤਾ ਕਰਾਂਗਾ ਕਿ ਵੀ ਇਹ ਕੀ ਇਸ ਚੀਜ਼ ਦੇ ਮੁਤਲਕ ਜਿਹੜਾ ਇਹਨਾਂ ਦਾ ਕੀ ਐਕਸਪੀਰੀਅੰਸ ਹੈ ਅਸਲਾਮ ਵਾਲੇਕੁਮ ਜੀ ਵਾਲੇਕੁਮ ਸਲਾਮ ਜੀ ਆਪਣਾ ਕੀ ਇਸਮ ਸ਼ਰੀਫ ਹੈ ਮਲਿਕ ਮੁਹੰਮਦ ਇਰਸ਼ਾਦ ਮਲਿਕ ਮੁਹੰਮਦ ਇਰਸ਼ਾਦ ਸਾਹਿਬ ਅੱਛਾ ਜੀ ਤੁਹਾਡੇ ਤੁਸੀਂ ਦੱਸਿਆ ਸੀ ਮੈਨੂੰ ਕਿ ਉਮਰ ਤੁਹਾਡੀ 75 ਸਾਲ ਦੇ ਕਰੀਬ ਜਿਹੜੀ ਹੈ ਉਹ ਔਰ ਤੁਸੀਂ ਜਦੋਂ 1947 ਦੇ ਵਿੱਚ ਪਾਕਿਸਤਾਨ ਜਦੋਂ ਬਣਿਆ ਪਾਰਟੀਸ਼ਨ ਹੁੰਦੀ ਹੈ ਪੰਜਾਬ ਦੀ ਤਾਂ ਤੁਸੀਂ ਕੋਈ 7-1 ਸਾਲ ਦੇ ਸੀ ਜੀ ਗੱਲ ਅਸੀਂ ਸ਼ੁਰੂ ਕਰਦੇ ਹਾਂ ਸਰਦਾਰ ਸ਼ਿਵ ਸਿੰਘ ਤੋਂ ਜੀ ਉਹਨਾਂ ਦੇ ਮੁਤਲਕ ਤੁਸੀਂ ਜੋ ਜਾਣਦੇ ਹੋ ਉਹ ਜ਼ਰਾ ਤੁਸੀਂ ਦੱਸੋ ਦੇਖੋ ਜੀ ਚੌਧਰੀ ਸ਼ਿਵ ਸਿੰਘ ਇੱਥੇ ਦੇ ਬਹੁਤ ਨਾਮਵਰ ਸ਼ਖਸੀਅਤ ਸਨ ਅਮੀਰ ਤਰੀਨ ਸ਼ਖਸੀਅਤ ਸਨ ਉਹਨਾਂ ਦੀ ਬਿਲਡਿੰਗ ਜੀ ਇਸਲੇ ਯੂਨੀਅਨ ਕੌਂਸਲ ਹੈ ਔਰ ਉਹਨਾਂ ਦੀ ਬਿਲਡਿੰਗ ਜੀ ਗਰਲਜ਼ ਹਾਈ ਸਕੂਲ ਵੀ ਚੱਲ ਰਹੇ ਅਤੇ ਕਿਉਂਕਿ ਉਸ ਵੇਲੇ ਮੈਂ 7-1 ਸਾਲ ਦਾ ਸਾਂ ਉਸ ਜ਼ਮਾਨੇ 'ਚ ਸੁਣਦਾ ਚਲਾ ਆ ਰਿਹਾ ਵਾਂ ਵੀ ਇਹ ਚੌਧਰੀ ਸ਼ਿਵ ਸਿੰਘ ਇੱਕ ਅਮੀਰ ਤਰੀਨ ਸ਼ਖਸੀਅਤ ਸੀ ਇੱਥੇ ਸਹੀ ਅਤੇ ਕੀ ਤੁਸੀਂ ਜਿਹੜਾ ਇਹਨਾਂ ਦੇ ਜਿਹੜੀ ਇਹ ਖਿਦਮਾਤ ਜਿਹੜੀਆਂ ਸਨ ਇਸ ਇਲਾਕੇ ਵਾਸਤੇ ਜਾਂ ਆਨਰਲੀ ਮੈਜਿਸਟਰੇਟ ਸਨ ਇੱਥੇ ਪਤਾ ਲੱਗਾ ਕਿ ਵੀ ਸਰਦਾਰ ਸ਼ਿਵ ਸਿੰਘ ਜੀ ਜਿਹੜੇ ਸਨ ਇੱਥੇ ਦੇ ਆਨਰਲੀ ਮੈਜਿਸਟਰੇਟ ਸਨ ਉਹਨਾਂ ਨੇ ਪ੍ਰੋਗਰੈਸ ਜਿਹੜੀ ਸੀ ਬੜੀ ਅੱਛੀ ਮਤਲਬ ਕਿ ਉਹਨਾਂ ਨੇ ਜਿਹੜਾ ਉਹ ਕੀਤਾ ਸਾਰਾ ਮੈਂ ਗੁਜ਼ਾਰਿਸ਼ ਕਰਾਂ ਕਿ ਚੌਧਰੀ ਸ਼ਿਵ ਸਿੰਘ ਵੀ ਆਨਰਲੀ ਮੈਜਿਸਟਰੇਟ ਸਨ ਲੇਕਿਨ ਰਾਜਾ ਮੁਹੰਮਦ ਸਰਵਰ ਜੀ ਸਰ ਇੱਥੇ ਦੇ ਗੱਖਰ ਫੈਮਿਲੀ ਦੇ ਸਨ ਆਲਰੇਡੀ ਮੈਜਿਸਟਰੇਟ ਸਨ ਉਹ ਵੀ ਮੈਜਿਸਟਰੇਟ ਸਨ ਉਹ ਡੇਲੀ ਇੱਥੋਂ ਜਾਂਦੇ ਸਨ ਕੋੜੀ ਦੇ ਉੱਤੇ ਮਤਲਬ ਬੈਠ ਕੇ ਕਚਹਿਰੀ ਗੁਜਰਖਾਨ ਜੀ ਔਰ ਰਸਤੇ ਵਿੱਚ ਲੋਕ ਇਸਤਕਬਾਲ ਵਾਸਤੇ ਖੜੋਤੇ ਹੁੰਦੇ ਸਨ ਉਹਨਾਂ ਨੇ ਆਪਣੇ ਦੌਰ ਵਿੱਚ ਕਿਸੇ ਨੂੰ ਸੁਧਾਰ ਨਹੀਂ ਹੋਣ ਦਿੱਤੀ ਬਲਕਿ ਇਲਾਕੇ ਦੀਆਂ ਪਾਰਟੀਆਂ ਨੂੰ ਆਪਸ ਵਿੱਚ ਮਿਲ ਕੇ ਉਹਨਾਂ ਦੀ ਆਪਣੇ ਫਾਮੋ ਤਫਹੀਮ ਕਰਾ ਕੇ ਅਤੇ ਉਹਨਾਂ ਦੀ ਸੁਲਾ ਜੋਈ ਕਰ ਲੈਣੀ ਉਹਨਾਂ ਦਾ ਇੱਕ ਬੜਾ ਮੁਕਾਮ ਸੀ ਇਸੇ ਤਰ੍ਹਾਂ ਇੱਥੇ ਇੱਕ ਹੋਰ ਸ਼ਖਸੀਅਤ ਸੀ ਬਾਬੂ ਵਾਲਾ ਜਿੱਤਾ ਉਹ ਵੀ ਇਹਨਾਂ ਦੇ ਜੋੜ ਦੇ ਬੰਦੇ ਸਨ ਜਿਸਨੇ ਸਰਦਾਰ ਸ਼੍ਰੀ ਰਾਮ ਸਿੰਘ ਦਾ ਪੁੱਤਰ ਇੱਥੇ ਆਇਆ ਇੱਕ ਦਫ਼ਾ ਅਤੇ ਇਹਨਾਂ ਬਾਜ਼ਾਰਾਂ ਦੇ ਵਿੱਚ ਦੌੜਦਾ ਫਿਰਦਾ ਸੀ ਕਿ ਉਹ ਉਸਨੂੰ ਲੋਕ ਕਹਿੰਦੇ ਸਨ ਯਾਰ ਇਹ ਕੀ ਗੱਲ ਹੈ ਉਹ ਕਹਿੰਦਾ ਸੀ ਤੁਸੀਂ ਕਹੋਗੇ ਪਾਗਲ ਹੋ ਗਿਆ ਸਿੱਖੜਾ ਮੈਂ ਪਾਗਲ ਨਹੀਂ ਹਾਂ ਮੈਂ ਇੱਥੇ ਖੇਡ ਕੇ ਪਲਿਆ ਵਾਂ ਅਤੇ ਮੈਂ ਉਹ ਯਾਦ ਤਾਜ਼ਾ ਕਰ ਰਿਹਾ ਉਹਨੇ ਕਿਹਾ ਜੀ ਕਿ ਖਾਣਾ ਮੈਂ ਖਾਣਾ ਬਾਊ ਵਾਲਾ ਦਿੱਤੇ ਦੇ ਘਰ ਹਾਲਾਂਕਿ ਉਹ ਉਹਨਾਂ ਨੂੰ ਜਾਣਦਾ ਨਹੀਂ ਸੀ ਉਹਦੇ ਵੱਡਿਆਂ ਨੇ ਦੱਸ ਕੇ ਉੱਥੋਂ ਭੇਜਿਆ ਸੀ ਕਿ ਬਾਊ ਵਾਲਾ ਦਿੱਤਾ ਉਹਨਾਂ ਨਾਲ ਸਾਡੇ ਅਤੇ ਰਾਜਾ ਮੋਹਨ ਸਰਵਰ ਸਾਹਿਬ ਦਾ ਤਲੁਕਾਤ ਸੀ ਅਤੇ ਤੁਸੀਂ ਖਾਣਾ ਉੱਥੇ ਖਾਣਾ ਲਿਆਦਾ ਇਹਨਾਂ ਨੇ ਪੈਗਾਮ ਭੇਜਿਆ ਖਾਣਾ ਵਗੈਰਾ ਉਹਨਾਂ ਦਾ ਉੱਥੇ ਅਰੇਂਜ ਕੀਤਾ ਗਿਆ ਅਤੇ ਉਹ ਜ਼ਮਾਨਾ ਐਸਾ ਸੀ ਕਿ ਸਿੱਖਾਂ ਦੇ ਔਰ ਮੁਸਲਮਾਨਾਂ ਦੇ ਬੜੇ ਅੱਛੇ ਤਲੁਕਾਤ ਸਨ ਤਜਾਰਤ ਸਾਰੀ ਸਿੱਖਾਂ ਦੇ ਹੱਥ 'ਚ ਸੀ ਅੱਛਾ ਅਗਰ ਕੋਈ ਬੰਦਾ ਮਕਰੂਜ਼ ਹੈ ਉਹਨਾਂ ਦਾ ਉਹਦੀ ਡੈਥ ਹੋ ਜਾਂਦੀ ਹੈ ਅਤੇ ਸਭ ਤੋਂ ਪਹਿਲੇ ਸਿੱਖ ਦੀ ਕੋਸ਼ਿਸ਼ ਹੁੰਦੀ ਸੀ ਕਿ ਮੈਂ ਜਾ ਕੇ ਰਾਬਤਾ ਕਰਾਂ ਔਰ ਉਹਦੇ ਬੇਟੇ ਨੂੰ ਕਹਿਣਾ ਕਿ ਯਾਰ ਕੋਈ ਸੌਦਾ ਸਲਫ ਲੈਣਾ ਹੈ ਅਤੇ ਤੇਰੇ ਮਹਿਮਾਨ ਆਉਣਗੇ ਅਤੇ ਜਾ ਕੇ ਦੁਕਾਨ ਤੋਂ ਲੈ ਪੈਸਿਆਂ ਦੀ ਫਿਕਰ ਨਾ ਕਰ ਔਰ
ਇੱਥੇ ਦੇ ਜਿਹੜੇ ਸਿੱਖ ਮੁਸਲਮਾਨ ਸਨ ਉਹਨਾਂ ਦਾ ਆਪਸ ਵਿੱਚ ਬੜਾ ਅੱਛਾ ਤਾਣ ਸੀ ਇੱਕ ਦੂਸਰੇ ਨਾਲ। ਇਹ ਜਿਹੜਾ ਗਦਰ ਹੋਇਆ ਇਹ ਕਤਲੇ ਆਮ ਵਗੈਰਾ ਮੇਰੇ ਖਿਆਲ ਵਿੱਚ ਤਾਂ ਇੱਥੇ ਦੇ ਮੁਸਲਮਾਨਾਂ ਅਤੇ ਸਿੱਖਾਂ ਇੱਕ ਦੂਜੇ ਨਾਲ ਜ਼ਿਆਦਾ ਨਹੀਂ ਕੀਤੀ। ਇਹ ਬਾਹਰ ਦੇ ਕੋਈ ਜੱਥੇ ਆਉਂਦੇ ਸਨ ਉਹ ਆ ਕੇ ਅਤੇ ਇਹਨਾਂ ਨਾਲ ਅਤੇ ਇਸੇ ਤਰੀਕੇ ਨਾਲ ਮੈਨੂੰ ਇਹ ਯਾਦ ਹੈ ਕਿ ਮਾਡਰੀਨ ਜਿਸ ਲਈ ਆਏ ਨੇ ਇੱਥੇ ਅਤੇ ਸਾਡੇ ਵੱਡਿਆਂ ਨੇ ਕਹਿਣਾ ਸਾਡੀਆਂ ਦਾਦੀਆਂ ਵਾਲਦਾ ਨੇ ਕਹਿਣਾ ਵੀ ਜਾਓ ਉਹਨਾਂ ਨੂੰ ਖਾਣਾ ਪਹੁੰਚਾਓ। ਮੁਹੱਲੇ ਵਿੱਚ ਲੋਕਾਂ ਨੇ ਤਿਆਰ ਕਰਨਾ ਖਾਣਾ ਔਰ ਤਰਕਾਰੀ ਵਗੈਰਾ ਸਨ ਚੁੱਕ ਕੇ ਉੱਥੇ ਲਿਜਾਣਾ। ਕੱਟੇ ਫਟੇ ਲੋਕ ਸਨ ਬੜੀ ਬੁਰੀ ਹਾਲਤ ਵਿੱਚ। ਅੱਛਾ ਕੁਛ ਲੋਕ ਕਹਿੰਦੇ ਨੇ ਕਿ ਵੀ ਉੱਧਰੋਂ ਜਿਹੜੇ ਲੋਕ ਆਏ ਨੇ ਉਹਨਾਂ ਨਾਲ ਉੱਥੇ ਕੋਈ ਜ਼ਿਆਦਾ ਨਹੀਂ ਹੋਈ। ਨਹੀਂ 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 ਇਹ ਗਲਤ ਹੈ ਬਿਲਕੁਲ। ਇੱਥੇ ਜਿਸਲੇ ਆਏ ਕਸ ਪੁਰਸੀ ਦੀ ਹਾਲਤ ਵਿੱਚ ਸਨ ਵਿਚਾਰੇ ਔਰ ਉਹਨਾਂ ਦੀ ਹਾਲਤ ਦੀਦਦੀ ਸੀ ਔਰ ਤਰਸ ਆਉਂਦਾ ਸੀ ਹਰ ਬੰਦੇ ਨੂੰ ਕਿ ਉਹ ਜ਼ਖਮੀ ਹਾਲਤ ਵਿੱਚ ਜਿੱਥੇ ਔਰਤਾਂ ਬੱਚੇ ਮਰਦ ਜ਼ਖਮੀ ਹਾਲਤ ਵਿੱਚ ਜਿੱਥੇ ਪਹੁੰਚੇ। ਅੱਛਾ ਅਤੇ ਤੁਸੀਂ ਜਦੋਂ ਦੇਖਿਆ 47 ਦੇ ਜਗਦਰ ਜਦੋਂ ਮਚਿਆ ਜੀ ਤੁਸੀਂ ਦੱਸਿਆ ਕਿ ਮੈਂ ਆਪਣਾ ਜ਼ਰਾ ਰਾਵਲਪਿੰਡੀ ਵਾਲਾ ਕਿੱਸਾ ਜ਼ਰਾ ਦੁਬਾਰਾ ਰਿਪੀਟ ਕਰੋ ਕਿ ਤੁਸੀਂ ਜਦੋਂ ਪਿੰਡੀ ਗਏ ਹੋ ਉਹ ਸ਼ਾਦੀ ਆਖਰੀ ਜਿਹੜਾ ਟ੍ਰੇਨ ਦਾ ਸਫ਼ਰ ਸੀ। ਉਹ ਇਸ ਤਰ੍ਹਾਂ ਹੈ ਕਿ ਮੇਰੇ ਅੱਬਾ ਜੀ ਰਾਵ ਕਿੱਚ ਸਨ ਅਤੇ ਉਹਨਾਂ ਦਾ ਇੱਕ ਦੋਸਤ ਸੀ ਉਹਦੀ ਸ਼ਾਦੀ ਸੀ। ਉਹਨਾਂ ਨੇ ਸਾਨੂੰ ਇਨਵਾਈਟ ਕੀਤਾ ਹੋਇਆ ਸੀ। ਮੁਹੱਲੇ ਦੇ ਕੁਛ ਲੋਕ ਵੀ ਬਰਾਤੀ ਇੱਥੋਂ ਗਏ ਸਨ ਜੀ। ਉਹ ਮੈਨੂੰ ਇਸ ਵਾਸਤੇ ਨਾਲ ਲੈ ਕੇ ਗਏ ਕਿ ਮੇਰੇ ਅੱਬਾ ਜੀ ਉਹਦੇ ਦੋਸਤ ਹਨ ਅਤੇ ਮੇਰੀ ਦਾਦੀ ਵੀ ਨਾਲ ਗਏ। ਜਿਸ ਵੇਲੇ ਅਸੀਂ ਪਿੰਡ ਰਾਵਲਪਿੰਡੀ ਪਹੁੰਚੇ ਹਾਂ ਅਤੇ ਬਾਹਰ ਕਤਲੇਆਮ ਸ਼ੁਰੂ ਸੀ ਰੇਲਵੇ ਸਟੇਸ਼ਨ 'ਤੇ ਔਰ ਉਹ ਦੁਲਹਨ ਦਾ ਬਾਪ ਉੱਥੇ ਪਹੁੰਚਿਆ ਸੀ। ਉਹਨੇ ਕਿਹਾ ਬਈ ਤੁਸੀਂ ਸਟੇਸ਼ਨ ਦੇ ਅੰਦਰ ਹੀ ਰਹੋ, ਮੈਂ ਇੰਤਜ਼ਾਮ ਕਰਦਾ, ਜ਼ਰਾ ਜਿਹਾ ਛੋੜਾ ਇਹ ਹੋ ਜਾਵੇ ਅਤੇ ਫਿਰ ਮੈਂ ਤੁਹਾਨੂੰ ਲੈ ਜਾਵਾਂਗਾ। ਇਹਨਾਂ ਨੇ ਸਾਰਿਆਂ ਨੇ ਫੈਸਲਾ ਕੀਤਾ ਕਿ ਚੂੰਕਿ ਅੰਮਾ ਜੀ ਬੁੱਢੇ ਨੇ ਅਤੇ ਬੱਚਾ ਹੈ ਇਹਨਾਂ ਨੂੰ ਵਾਪਸ ਭੇਜ ਦਿਓ। ਉਹ ਆਖਰੀ ਟ੍ਰੇਨ ਸੀ ਜਿਸ ਟ੍ਰੇਨ ਵਿੱਚ ਅਸੀਂ ਪੀੜੀਓ ਆਏ ਹਾਂ ਇੱਥੇ। ਉਸ ਤੋਂ ਬਾਅਦ ਟ੍ਰੇਨ ਨਹੀਂ ਆਈ ਔਰ ਉਹ ਬਾਅਦ ਟ੍ਰੇਨ ਦਾ ਸਿਲਸਿਲਾ ਖਤਮ ਹੋ ਗਿਆ ਅਤੇ ਕਤਲੇਆਮ ਬਹੁਤ ਸ਼ੁਰੂ ਸੀ ਉੱਥੇ। ਮੈਂ ਤਾਂ ਚੂੰਕਿ ਬੱਚਾ ਜਿਹਾ ਸਾਂ ਅਤੇ ਇਹ ਹੈ ਕਿ ਮੈਂ ਦੇਖ ਰਿਹਾ ਸਾਂ ਵੀ ਤਲਵਾਰਾਂ ਚੱਲ ਰਹੀਆਂ ਔਰ ਬੜਾ ਉੱਥੇ ਕੁਛ ਤੋਂ ਖੂਨ ਹੋ ਰਿਹਾ। ਠੀਕ ਅਤੇ ਇੱਕ ਚੀਜ਼ ਮੈਨੂੰ ਤੁਸੀਂ ਹੋਰ ਦੱਸੋ ਕਿ ਵੀ ਤੁਸੀਂ ਦੱਸ ਰਹੇ ਹੋ ਕਿ ਵੀ ਸੁੱਖੋ ਸ਼ਹਿਰ ਦੇ ਬਾਜ਼ਾਰ ਦੇ ਮੁਤਲਕ ਦੱਸ ਰਹੇ ਸੀ ਕਿ ਬੜਾ ਖੂਬਸੂਰਤ ਬਾਜ਼ਾਰ ਸੀ। ਬਹੁਤ ਤਿੰਨ ਤਿੰਨ ਮਰਲਾ ਬਿਲਡਿੰਗਾਂ ਸਨ ਜਨਾਬ। ਉਸ ਜ਼ਮਾਨੇ ਵਿੱਚ ਸੁੱਚੀਆਂ ਟਾਇਲਾਂ ਜਿਹੜੀਆਂ ਅੱਜ ਵੀ ਅਸੀਂ ਦੇਖ ਨਹੀਂ ਸਕਦੇ। ਇਹਨਾਂ ਦੇ ਬਾਹਰ ਉਹਦੇ ਆਪਣਾ ਗੁਸਲਖਾਨਿਆਂ 'ਚ ਲੱਗੀਆਂ ਸਨ ਔਰ ਮੈਂ ਕਹਿੰਦਾ ਕਿ ਕਾਸ਼ ਕੋਈ ਉਹਨਾਂ 'ਚੋਂ ਕੋਈ ਦੋ ਚਾਰ ਟਾਇਲਾਂ ਇੱਥੇ ਹੁੰਦੀਆਂ ਅਤੇ ਤੁਹਾਨੂੰ ਮੈਂ ਉਹਨਾਂ ਦਾ ਦੀਦਾਰ ਵੀ ਕਰਾ ਦਿੰਦਾ। ਲੇਕਿਨ ਉਹ ਇਹ ਹੈ ਕਿ ਇੱਕ ਦਫ਼ਾ ਇੱਕ ਬਿਲਡਿੰਗ ਗਿਰੀ ਜੀ, ਮੈਂ ਦੋ ਤਿੰਨ ਟਾਇਲਾਂ ਲੈ ਕੇ ਘਰ ਚਲਾ ਗਿਆ। ਮੇਰੀ ਦਾਦੀ ਨੇ ਕਿਹਾ ਕਿੱਥੋਂ ਲੈ ਕੇ ਆਇਆ, ਮੈਂ ਕਿਹਾ ਉਹ ਬਿਲਡਿੰਗ ਗਿਰੀ ਹੈ ਅਤੇ ਉੱਥੋਂ ਲੋਕ ਲੈ ਕੇ। ਜਦੋਂ ਉਹਨੇ ਕਿਹਾ ਉੱਥੇ ਹੀ ਰੱਖ ਕੇ ਆ, ਵਾਪਸ ਰੱਖ ਕੇ ਆ, ਇਹ ਜਿਹੜੀ ਸਾਡੀ ਬਿਲਡਿੰਗ ਹੈ, ਸਾਡੀ ਬਿਲਡਿੰਗ ਉਸ ਜ਼ਮਾਨੇ 'ਚ ਹਿੰਦੂ ਸਿੱਖ ਹੈ ਸਨ ਅਤੇ ਇਤਨੀ ਵੱਡੀ ਬਿਲਡਿੰਗ ਕਿਸੇ ਦੀ ਨਹੀਂ ਸੀ, ਸਾਡੀ ਬਿਲਡਿੰਗ ਸੀ। ਉਸ ਆਖਿਆ ਅਸੀਂ ਇਹਦੇ ਤੋਂ ਵੀ ਆਦਤ ਹੋਵਾਂਗੇ ਅਤੇ ਇਹ ਬੱਚੇ ਉੱਥੇ ਲੈ ਜਾਣ। ਸਾਨੂੰ ਮਤਲਬ ਕਿ ਸਾਡੀ ਮਲਕੀਅਤ ਨਹੀਂ ਹੈ, ਕਿਸੇ ਦੀ ਚੀਜ਼ ਨੂੰ ਕਿਸੇ ਦੀ ਚੀਜ਼ ਨੂੰ ਹੱਥ ਨਾ ਲਾਓ। ਬਜ਼ੁਰਗਾਂ ਦਾ ਇਹਤਰਾਮ ਔਰ ਬਜ਼ੁਰਗਾਂ ਦੀਆਂ ਗੱਲਾਂ ਇੰਨੀਆਂ ਪੱਕੀਆਂ ਸਨ, ਪਿਆਰ ਇੰਨਾ ਸੋਹਣਾ ਸੀ ਕਿ ਉਹਦੇ ਵਿੱਚ ਬਿਲਕੁਲ ਵੀ ਇਹ ਚੀਜ਼ ਨਹੀਂ ਕਹੀ ਗਈ ਕਿ ਵੀ ਤੁਸੀਂ ਕਿਸੇ ਨੂੰ ਨੁਕਸਾਨ ਪਹੁੰਚਾਓ। ਦੇਖੋ ਦੱਸ ਰਹੇ ਨੇ ਕਿ ਮੇਰੀ ਦਾਦੀ ਨੇ ਕਿਹਾ ਕਿ ਉਹ ਜਿਹੜੀ ਹਵੇਲੀ ਡਿੱਗੀ ਹੈ ਉਹਦੇ ਵਿੱਚੋਂ ਟਾਇਲਾਂ ਨਿਕਲੀਆਂ ਨੇ, ਉਹ ਟਾਇਲਾਂ ਜਿਸ ਹਵੇਲੀਆਂ ਤੂੰ ਉੱਥੇ ਰੱਖ ਕੇ ਆ ਸਾਡੀ ਮਲਕੀਅਤ ਨਹੀਂ ਹੈ, ਤੂੰ ਇਹਨੂੰ ਹੱਥ ਨਾ ਲਾ ਨਾ ਲਾ। ਅਤੇ ਅਗਰ ਜੇ ਇੱਕ ਦੂਜੇ ਨਾਲ ਨਫ਼ਰਤ ਹੁੰਦੀ ਤਾਂ ਇਹ ਸਾਰਾ ਕੁਛ ਨਾ ਹੁੰਦਾ, ਇਹ ਤਾਂ ਸਿਰਫ ਪਿਆਰ ਦੇ ਬਾਬਾ। ਮੈਂ ਉਹ ਨਜ਼ਾਰਾ ਵੀ ਦੇਖਿਆ ਕਿ ਜਿਸਲੇ ਫੌਜੀ ਗੱਡੀਆਂ 'ਤੇ ਇਹਨਾਂ ਸਿੱਖਾਂ ਨੂੰ ਬਿਠਾ ਕੇ ਲਿਜਾ ਰਹੇ ਸਨ ਅਤੇ ਉਹ ਚੂੰਕਿ ਉਹਨਾਂ ਦਾ ਇਹ ਮਜ਼ਹਬੀ ਸਿਸਟਮ ਵੀ ਹੱਥ ਬੰਨ੍ਹ ਕੇ ਸਾਰਿਆਂ ਨੂੰ ਸਲਾਮ ਕਰ ਰਹੇ ਸਨ ਔਰ ਜਾ ਰਹੇ ਸਨ ਅਤੇ ਕਹਿੰਦੇ ਸਨ ਇਹ ਸਾਡੀ ਚੀਜ਼ ਰੱਖ ਲਓ, ਇਹ ਰੱਖ ਲਓ। ਲੇਕਿਨ ਲੋਕਾਂ ਨੇ ਇਸ ਖੌਫ ਨਾਲ ਕਿ ਕਿਤੇ ਬਦਿਆੰਤੀ ਨਾ ਹੋ ਜਾਏ ਕੋਈ ਨਹੀਂ ਰੱਖੀ ਕੋਈ ਚੀਜ਼, ਯਾਨੀ ਕਿ ਅਮਾਨਤ ਨਹੀਂ ਸੀ ਰੱਖ ਰਹੇ ਕਿ ਹਾਲਾਤ ਖਰਾਬ ਨੇ, ਕੋਈ ਪਤਾ ਨਹੀਂ ਹੈ, ਔਰ ਇੰਨੇ ਪੁਰਾਣੇ ਤਲਕਾਤ ਨੇ ਔਰ ਇੰਨੇ ਅੱਛੇ ਤਲਕਾਤ ਨੇ, ਕਿਤੇ ਮੇਰੇ ਤਲਕਾਤ ਨਾ ਖਰਾਬ ਹੋ ਜਾਣ ਅਤੇ ਕਿਸੇ ਦਾ ਸੋਨਾ ਚਾਂਦੀ ਜਾਂ ਜ਼ੇਵਰਾਤ ਨਹੀਂ ਰੱਖੇ ਅਮਾਨਤ। ਬਿਲਕੁਲ ਬਿਲਕੁਲ।
ਔਰ ਬਿਲਡਿੰਗਾਂ ਇਤਨੀਆਂ ਅੱਛੀਆਂ ਖੂਬਸੂਰਤ ਸਨ ਜੀ ਕਿ ਦੀਜੀ ਸ਼ਹਿਰ ਸੀ ਮੰਡੀ ਸੀ ਇਹ ਮਤਲਬ ਇਹ ਇੱਥੇ ਸਬਜ਼ੀ ਬਬਜ਼ੀ ਜਿਤਨੀ ਹਾਲੀ ਤੱਕ ਅਸਾਂ ਉਸੋ ਵਾਸ ਵਿੱਚ ਸਾਂ ਅਤੇ ਸਬਜ਼ੀ ਲੈ ਕੇ ਇੱਥੇ ਆਉਂਦੇ ਸਨ ਮਾੜੀ ਤੋਂ ਉਹ ਸਵੇਰੇ ਸਵੇਰੇ ਇੱਥੇ ਪਹੁੰਚ ਜਾਂਦੇ ਸਨ ਮਾੜੀ ਇੰਡਸ ਤੋਂ ਆਉਂਦੀ ਸੀ ਨਹੀਂ ਇੱਥੇ ਮਾੜੀ ਹੈ ਇੱਕ ਪਿੰਡ ਹੈ ਕੋਈ ਤਿੰਨ ਚਾਰ ਮੀਲ ਦੂਰ ਹੈ ਜੀ ਉਹ ਹੁਣ ਅੱਜ ਕੱਲ੍ਹ ਪਿੰਡੀ ਲੈ ਕੇ ਜਾਂਦੇ ਨੇ ਸਾਮਾਨ ਸਰਦਾਰ ਚੌਧਰੀ ਹਜ਼ਾਰਾ ਸਿੰਘ ਜਿਹੜਾ ਪਿੰਡਰਾ ਇਹਨਾਂ ਦੇ ਅੱਗੋਂ ਦੋ ਪੁੱਤਰ ਸਨ ਗੁਰਬਖਸ਼ ਸਿੰਘ ਪਿੰਡਰਾ ਔਰ ਸ਼ਿਵ ਰਾਮ ਸਿੰਘ ਪਿੰਡਰਾ ਇਹ ਅੰਦਰ ਗਲੀ ਪੂਰੀ ਘਰ ਤੇ ਉਹਨਾਂ ਦੀ ਨੇ ਜ਼ਮੀਨ ਜਿਹੜੀ ਉਹਨਾਂ ਦੀ ਸੀ 550 ਕਨਾਲ ਦੇ ਕਰੀਬ ਜਿਹੜੀ ਹੈ ਜਗ੍ਹਾ ਏਕੜ ਸੋਰੀ 550 ਏਕੜ ਦੇ ਕਰੀਬ ਜਿਹੜੀ ਹੈ ਜ਼ਮੀਨ ਜਿਹੜੀ ਉਹ ਦੱਸੀ ਹੈ ਅਤੇ ਅੱਜ ਕੱਲ੍ਹ ਉਹ ਜ਼ਮੀਨ ਦੀ ਕੋਈ ਤੁਹਾਨੂੰ ਮਾਲੂਮਾਤ ਹੈ ਕਿ ਉਹ ਕਿਸ ਪਾਸੇ ਅਸਲ ਵਿੱਚ ਉਹ ਇਸ ਤਰ੍ਹਾਂ ਹੈ ਕਿ ਚੂੰਕਿ ਮਾਜਰੀਨ ਆਏ ਉਹਨਾਂ ਦੇ ਕੋਲ ਐਸਨ ਆਪਣਾ ਕਲੇਮ ਹਾਂਜੀ ਅਤੇ ਉਹਨਾਂ ਨੂੰ ਕਲੇਮਾਂ ਦੇ ਹਿਸਾਬ ਨਾਲ ਤਕਸੀਮ ਹੋ ਗਈ ਸੀ ਸਾਨੂੰ ਇਸ ਮਾਮਲੇ 'ਚ ਕੋਈ ਪਤਾ ਨਹੀਂ ਕਿ ਕਿਸ ਨੂੰ ਕਿਤਨਾ ਹਿੱਸਾ ਆਇਆ ਅਤੇ ਕਿਸ ਨੂੰ ਆਇਆ ਲੇਕਿਨ ਇਹ ਕਿ ਫਿਰ ਭੁੱਟੋ ਸਾਹਿਬ ਨੇ 200 ਕਨਾਲ ਜ਼ਮੀਨ ਜੀ ਇੱਥੇ ਮਾਜਰੀਨ ਨੂੰ ਦਿੱਤੀ ਸੀ ਕਸ਼ਮੀਰੀ ਮਾਜਰੀਨ ਜਿਹੜੇ ਹਾਂਜੀ ਹਾਂਜੀ ਅਤੇ ਪਹਿਲੇ ਜਿਹੜੇ ਆਏ ਸਨ ਮਾਜਰੀਨ ਉਹਨਾਂ ਨੂੰ ਪਹਿਲੇ ਅਲਾਟ ਹੋਈ ਸੀ ਅਤੇ ਜ਼ਮੀਨ ਉਹਨਾਂ ਨੂੰ ਕਾਫੀ ਅਲਾਟ ਹੋਈ ਠੀਕ ਠਾਕ ਗੁਜ਼ਰ ਬਸਰ ਉਹਨਾਂ ਦਾ ਹੋ ਰਿਹਾ ਗੱਲ ਉਹੀ ਹੋ ਰਹੀ ਹੈ ਜਿਹੜੀ ਮੈਂ ਪਹਿਲੇ ਵੀ ਕਰੀ ਕੀਤੀ ਸੀ ਕਿ ਵੀ ਅੱਜ ਕੱਲ੍ਹ ਜਿਹੜੇ ਜ਼ਿਆਦਾ ਮੰਦਿਰ ਔਰ ਗੁਰਦੁਆਰੇ ਨੇ ਉਹਨਾਂ ਦੇ ਵਿੱਚ ਜਿਹੜੇ ਨੇ ਕਸ਼ਮੀਰੀ ਫੈਮਲੀਆਂ ਰਾਇਸ਼ ਪਜ਼ੀਰ ਨੇ ਜਦੋਂ 1948 ਦੇ ਵਿੱਚ ਇਹ ਪ੍ਰੋਬਲਮ ਹੋਇਆ ਔਰ ਬਹੁਤ ਜ਼ਿਆਦਾ ਸਾਰੀਆਂ ਫੈਮਲੀਜ਼ ਜਿਹੜੀਆਂ ਨੇ ਕਸ਼ਮੀਰ ਤੋਂ ਮਾਈਗ੍ਰੇਟ ਕਰਕੇ ਪਾਕਿਸਤਾਨ ਆ ਗਈਆਂ ਸਨ ਔਰ ਉਹਨਾਂ ਲੋਕਾਂ ਨੂੰ ਬਹੁਤ ਜ਼ਿਆਦਾ ਸਾਰੀਆਂ ਜ਼ਮੀਨਾਂ 'ਤੇ ਅਲਾਟ ਕੀਤੀਆਂ ਗਈਆਂ ਮੈਂ ਪਿੱਛੇ ਰੱਖ ਤਾਰਾਗੜ੍ਹ ਦੀ ਵੀਡੀਓ ਦਿਖਾਈ ਸੀ ਉਹਦੇ 'ਚ ਬਜ਼ੁਰਗ ਸਨ ਰਫੀਕ ਸਾਹਿਬ ਉਹਨਾਂ ਨੇ ਵੀ ਇਹੀ ਗੱਲ ਕੀਤੀ ਸੀ ਕਿ ਮੇਰੇ ਕੋਲ ਕਸ਼ਮੀਰ ਵਿੱਚ ਇੱਕ ਮਰਲਾ ਜਗ੍ਹਾ ਨਹੀਂ ਸੀ ਔਰ ਜਦੋਂ ਅਸੀਂ ਇੱਥੇ ਆਏ ਤਾਂ ਅਸੀਂ 5 ਭਾਈ ਸਾਹਿਬ ਸਾਨੂੰ 20 ਬੰਦੇ ਨੂੰ 20 ਕਨਾਲ ਜਗ੍ਹਾ ਜਿਹੜੀ ਯਾਨੀ ਕਿ 5 ਭਰਾਵਾਂ ਨੂੰ 100 ਕਨਾਲ ਜਗ੍ਹਾ ਜਿਹੜੀ ਸੀ ਮਿਲੀ ਸੀ ਉਹ ਰੱਖ ਤਾਰਾਗੜ੍ਹ ਦੇ ਵਿੱਚ ਉਹਨਾਂ ਨੂੰ ਮਿਲੀ ਸੀ ਅਤੇ ਉਹੀ ਗੱਲ ਦੀ ਦੁਬਾਰਾ ਤਾਇਦ ਕਰ ਰਹੇ ਨੇ ਇੱਥੇ ਵੀ ਲੋਕਾਂ ਨੂੰ ਯਾਨੀ ਕਿ 200 ਕਨਾਲ ਤੱਕ ਇੱਕ ਬੰਦੇ ਨੂੰ ਅਲਾਟ ਹੋਈ ਹੈ ਪੂਰੀਆਂ ਫੈਮਲੀਆਂ ਨੂੰ ਜੀ ਪੂਰੀ ਪੂਰੀ ਫੈਮਲੀ ਨੂੰ 200 ਕਨਾਲ ਜਗ੍ਹਾ ਜਿਹੜੀ ਹੈ ਜਿਹਦੇ ਕੋਲ ਚਾਹੇ ਇੱਕ ਮਰਲਾ ਹੈ ਸੀ ਉੱਥੇ ਜਾਂ ਨਹੀਂ ਸੀ ਜਾਂ ਜਿਹਦੇ ਕੋਲ ਆਪਣਾ ਘਰ ਹੈ ਵੀ ਨਹੀਂ ਸੀ ਨਹੀਂ ਲੇਕਿਨ ਜਦੋਂ ਪਾਕਿਸਤਾਨ ਦੇ ਚਾਹੇ ਨੇ ਉਹਨਾਂ ਨੂੰ ਅਕੋਮੋਡੇਟ ਕੀਤਾ ਗਿਆ ਤਾਂ ਗਵਰਨਮੈਂਟ ਆਫ ਪਾਕਿਸਤਾਨ ਵੱਲੋਂ ਇਹ ਗੱਲ ਬੜੀ ਵੈਰੀ ਨੋਟੇਬਲ ਹੈ ਔਰ ਇਸ ਚੀਜ਼ ਨੂੰ ਨੋਟ ਕੀਤਾ ਜਾਏ ਉਹ ਲੋਕ ਜਿਹੜੇ ਖਾਸ ਕਰਕੇ ਅੱਜ ਕੱਲ੍ਹ ਆਜ਼ਾਦ ਕਸ਼ਮੀਰ ਦੇ ਵਿੱਚ ਬਹੁਤ ਕੁਛ ਮੈਂ ਦੇਖ ਰਿਹਾ ਔਰ ਬਹੁਤ ਕੁਛ ਸੁਣ ਰਿਹਾ ਵਾਂ ਮੈਂ ਦੇਖੋ ਕਿ ਜਿਹੜੇ ਲੋਕ ਮਕਬੂਜ਼ਾ 'ਚੋਂ ਆਏ ਨੇ ਜਾਂ ਉਹ ਬਾਰਡਰ ਲਾਈਨ ਤੋਂ ਉੱਠ ਕੇ ਇੱਧਰ ਆਏ ਨੇ ਜਿਨ੍ਹਾਂ ਕੋਲ ਇੱਕ ਮਰਲਾ ਜ਼ਮੀਨ ਨਹੀਂ ਸੀ ਉਹਨਾਂ ਨੂੰ 200 ਕਨਾਲ ਜਗ੍ਹਾ ਵੀ ਪਈ ਹੈ ਔਰ 20 ਕਨਾਲ ਤਾਂ ਆਮ ਜੀ ਗੱਲ ਹੈ ਨਾ ਇੱਕ ਬੰਦੇ ਨੂੰ ਇੱਕ ਘਰ ਦੇ ਬੰਦੇ ਨੂੰ ਇੱਕ ਨੂੰ 20 ਕਨਾਲ ਯਾਨੀ ਕਿ 5 ਭਰਾ ਨੇ ਤਾਂ 100 ਕਨਾਲ ਉਹਨਾਂ ਨੂੰ ਜਿਹੜੀ ਹੈ ਜਗ੍ਹਾ ਮਿਲੀ ਹੈ ਔਰ ਜਿਹੜੇ ਕਸ਼ਮੀਰੀ ਮਾਜ਼ਰੀਨ ਇੱਥੇ ਆਏ ਨੇ ਉਹ ਵਫ਼ਾਦਾਰ ਨੇ ਗੌਰਮੈਂਟ ਦੇ ਕਿਉਂਕਿ ਉਹ ਬੜੇ ਮਸ਼ਹੂਰ ਨੇ ਕਿ ਗੌਰਮੈਂਟ ਨੇ ਉਹਨਾਂ ਨਾਲ ਬਹੁਤ ਇਨਸਾਫ਼ ਕੀਤਾ ਔਰ ਉਹ ਬੜਾ ਤਾਮਨ ਕਰਦੇ ਨੇ ਅੱਛਾ ਉਹ ਤੁਸੀਂ ਬਚਪਨ ਦੀ ਗੱਲ ਤੁਸੀਂ ਦੱਸ ਰਹੇ ਸੀ ਕਿ ਵੀ ਤੁਸੀਂ ਜਿਹੜਾ ਇੱਕ ਦੂਜੇ ਨਾਲ ਬੈਠ ਕੇ ਖਾਂਦੇ ਪੀਂਦੇ ਸੀ ਬਚਪਨ ਦੇ ਦੋਸਤਾਂ ਦੇ ਨਾਲ ਉਹਦੀ ਜਰਾ ਕੋਈ ਥੋੜੀ ਨਹੀਂ ਇਸ ਤਰ੍ਹਾਂ ਹੈ ਕਿ ਮੈਂ ਉਸ ਵੇਲੇ ਪਹਿਲੀ ਦੂਸਰੀ ਜਮਾਤ ਵਿੱਚ ਪੜ੍ਹਦਾ ਸਾਂ ਕਿਉਂਕਿ ਇੱਥੇ ਖਾਲਸਾ ਹਾਈ ਸਕੂਲ ਸੀ ਅੱਛਾ ਖਾਲਸਾ ਹਾਈ ਸਕੂਲ ਪੜ੍ਹਦੇ ਸੀ ਅਤੇ ਇਹ ਪ੍ਰਾਇਮਰੀ ਸਕੂਲ ਸੀ ਉਹਦੇ ਨਾਲ ਅਤੇ ਉੱਥੇ ਸਿੱਖ ਜਿਹੜੇ ਨੇ ਇਹ ਆਪਣਾ ਭਾਈ ਦਾ ਪ੍ਰਸ਼ਾਦ ਤਕਸੀਮ ਕਰਦੇ ਸਨ ਭਾਈ ਦਾ ਪ੍ਰਸ਼ਾਦ ਜਿਹੜਾ ਹੈ ਉਹ ਵੱਡੇ ਲੋਕ ਵੀ ਪੱਥਰਾਂ 'ਚੋਂ ਪਾ ਕੇ ਦਿੰਦੇ ਸਨ ਪੱਥਰਾਂ ਦੀਆਂ ਠੂਠੀਆਂ ਬਣੀਆਂ ਜਾਂ ਜਿਹੜੇ ਪੱਥਰ ਇਹਦੇ ਹੁੰਦੇ ਨੇ ਤੂਰ 'ਤੇ ਇਹ ਕੜਾ ਪ੍ਰਸ਼ਾਦ ਦੀ ਗੱਲ ਕਰ ਰਹੇ ਨੇ ਜੀ ਜਿਹੜਾ ਲੰਗਰ ਸੀ ਗੁਰੂ ਘਰ ਦਾ ਲੰਗਰ ਹੈ ਉਹਦੀ ਗੱਲ ਹੋ ਰਹੀ ਹੈ ਕਿ ਵੀ ਕੜਾ ਪ੍ਰਸ਼ਾਦ ਜਿਹੜਾ ਉਹ ਪਹਿਲੇ ਵੀ ਜਿੰਨੇ ਲੋਕਾਂ ਨਾਲ ਵੀਡੀਓ ਕੀਤੀਆਂ ਨੇ ਜਾਂ ਜਿੰਨੇ ਵੀ ਲੋਕ ਨੇ ਪੁਰਾਣੇ ਉਹ ਸਾਰੇ ਉਹ ਕੜਾ ਪ੍ਰਸ਼ਾਦ ਨੂੰ ਜਿਹੜਾ ਹਾਲੇ ਤੱਕ ਯਾਦ ਕਰਦੇ ਨੇ ਵੀ ਦੱਸ ਰਹੇ ਨੇ ਕਿ ਅਸੀਂ ਬੜਾ ਇੰਜੋਏ ਕਰਦੇ ਸਾਂ ਔਰ ਐਜ਼ ਏ ਲੰਗਰ ਜਿਹੜਾ ਸੀ ਅਸੀਂ ਕੜਾ ਪ੍ਰਸ਼ਾਦ ਨੂੰ ਖਾਂਦੇ ਸਾਂ ਅੱਛਾ ਆਪਣੇ ਬਚਪਨ ਦੇ ਕੋਈ ਦੋਸਤ ਤੁਹਾਡੇ ਨਾਲ ਜਿਹੜੇ ਪੜ੍ਹਦੇ ਸੀ ਕੋਈ ਕਿਸੇ ਦੇ ਕੋਈ ਆਮ ਜਮਾਤੀਆਂ ਦਾ ਕੋਈ ਨਾਮ ਯਾਦ ਹੈ ਅਸਲ ਵਿੱਚ ਉਸਨੇ ਮੈਂ ਕਾਫੀ 6-7 ਸਾਲ ਦਾ ਬੱਚਾ ਜਿਹੜਾ ਹੈ ਉਹ ਇਤਨਾ ਤਾਂ ਯਾਦ ਨਹੀਂ ਰੱਖ ਸਕਦਾ ਨਹੀਂ ਲੇਕਿਨ ਕੋਈ ਇੱਕ ਖਾਸ ਤਾਂ ਹੁੰਦਾ ਨਾ ਬੰਦਾ ਜਿਹਦੇ ਨਾਲ ਤੁਹਾਡੀ ਬਹੁਤੀ ਯਾਰੀ ਹੋਏਗੀ ਅਸਲ ਵਿੱਚ ਪੜ੍ਹਦੇ ਸਨ ਬਹੁਤ ਸਿੱਖ ਬਹੁਤ ਉਸਨੇ ਕੁੜੀਆਂ ਵਾਂਗੂ ਲੱਗਦੇ ਸਨ
ਵਾਲ ਉਹਨਾਂ ਦੇ ਲੰਬੇ ਲੰਬੇ ਹੋਣੇ ਤੇ ਉਹ ਇਕੱਠੇ ਅਸੀਂ ਪੜ੍ਹਨਾ ਤੇ ਉਹ ਇਹ ਹੁੰਦਾ ਸੀ ਕਈ ਸ਼ਰਾਰਤੀ ਜਿਹੜੇ ਬੁੱਢੇ ਹੁੰਦੇ ਸੀ ਨਾ ਉਹ ਕੋਈ ਸਿੱਖ ਬੁੱਢਾ ਲੈ ਕੇ ਆਇਆ ਖਾਣ ਨੂੰ ਅੱਛੀ ਚੀਜ਼ ਪਕਾ ਕੇ ਉਹ ਅਤੇ ਉਹ ਸ਼ੈਤਾਨ ਜਿਹੜੇ ਉਹ ਹੱਥ ਲਾ ਦਿੰਦਾ ਸੀ ਉਹ ਕਹਿੰਦਾ ਸੀ ਤੂੰ ਵੀ ਖਾ ਇਹ ਪਿੱਟ ਗਿਆ ਹੈ ਜੀ ਅੱਛਾ ਇਹ ਲਫ਼ਜ਼ ਮੈਂ ਦੂਜੀ ਵਾਰੀ ਮੈਂ ਹੁਣ ਦੋ ਤਿੰਨ ਦਿਨ ਪਹਿਲੇ ਈਦ ਤੋਂ ਬਾਅਦ ਮੈਂ ਗਿਆ ਵਾਂ ਲਾਹੌਰ ਵਿੱਚ ਈਸਟ ਲਾਹੌਰ ਵਾਹਗਾ ਬਾਰਡਰ ਦੇ ਕੋਲ ਪਿੰਡ ਸਾਦਾ ਆ ਗਿਆ ਉੱਥੇ ਇੱਕ ਬਜ਼ੁਰਗ ਨੇ ਰਿਟਾਇਰਡ ਸੂਬੇਦਾਰ ਨੇ ਅੱਛਾ ਤੁਸੀਂ ਵੀ ਰਿਟਾਇਰਡ ਸੂਬੇਦਾਰ ਹੋ ਵਾਹ ਜੀ ਵਾਹ ਇਹ ਦੂਸਰੀ ਵੀਡੀਓ ਹੈ ਜੀ ਰਿਟਾਇਰਡ ਸੂਬੇਦਾਰ ਸਾਹਿਬ ਦੀ ਉਹ ਕਹਿ ਰਹੇ ਸਨ ਕਿ ਜਿਹੜੀ ਮਤਲਬ ਕਿ ਅਸੀਂ ਉਹਨਾਂ ਦੀ ਰਸੋਈ ਘਰ 'ਚ ਚਲੇ ਜਾਂਦੇ ਤਾਂ ਕਹਿੰਦੇ ਉਹ ਪਿੱਟ ਗਿਆ ਖੁਸ਼ਬੂ ਆਣੀ ਤੇ ਉਹਨੇ ਕਹਿਣਾ ਮੈਂ ਚਖਾ ਤਰਾ ਇਹ ਵੀ ਹੁੰਦਾ ਸੀ ਔਰਤਾਂ 'ਚ ਔਰਤਾਂ ਗੋਸ਼ਤ ਦੇ ਮੁਤਲਕ ਕਿਹਾ ਜਾ ਰਿਹਾ ਹੈ ਕਿ ਵੀ ਜਿਹੜੀਆਂ ਪੁਰਾਣੀਆਂ ਜਿਹੜੀਆਂ ਬੇਬੇ ਸਨ ਜਾਂ ਪੁਰਾਣੀਆਂ ਔਰਤਾਂ ਸਨ ਇੱਕ ਦੂਜੇ ਕੋਲੋਂ ਲੈ ਕੇ ਤੇ ਥੋੜਾ ਜਿਹਾ ਗੋਸ਼ਤ ਜਿਹੜਾ ਚੱਕ ਚੁੱਕ ਲੈਂਦੀਆਂ ਸੀ ਕਿਉਂਕਿ ਜਿਹੜੇ ਲੋਕ ਸ਼ਾਕਾਹਾਰੀ ਸਨ ਉਹਨਾਂ ਦੇ ਘਰ ਮਾਸ ਮੱਛੀ ਨਹੀਂ ਸੀ ਪੱਕਦਾ ਤੇ ਅਗਰ ਉਹਨਾਂ ਦਾ ਦਿਲ ਕਰਦਾ ਸੀ ਤਾਂ ਉਹ ਆਪਣੇ ਮੁਸਲਮਾਨ ਸਹੇਲੀਆਂ ਕੋਲੋਂ ਲੈ ਕੇ ਇੱਕ ਦਿਨ ਵਾਲੇ ਮਾਰ ਲੈਂਦੀਆਂ ਸਨ ਨਹੀਂ ਅਸਾਂ ਬਜ਼ੁਰਗਾਂ ਕੋਲ ਸੁਣਿਆ ਉਹ ਕਈ ਦਫ਼ਾ ਗੱਲਾਂ ਕਰਦੀਆਂ ਨੇ ਤੇ ਉਹ ਕਹਿੰਦੀਆਂ ਹਾਂ ਪੋਚਾ ਸ਼ੋਚਾ ਉਹ ਕਰਦੀਆਂ ਸਨ ਆਪਣੀ ਰਸੋਈ ਰਸੋਈ ਜਿਹੜੀ ਹੈ ਉਹਦੇ ਗਾਏ ਦਾ ਗੋਬਰ ਬੱਲਾ ਮਾਰ ਕੇ ਉਹਨਾਂ ਨੂੰ ਪਵਿੱਤਰ ਕਰਦੇ ਸਨ ਜੀ ਆਪਣੀ ਜੀ ਬਿਲਕੁਲ ਅੱਛਾ ਤੇ ਤੁਸੀਂ ਕੋਈ ਤੁਹਾਨੂੰ ਇੱਕ ਨਾਮ ਕੋਈ ਐਸਾ ਯਾਦ ਜਿਹਦੇ ਨਾਲ ਤੁਹਾਨੂੰ ਤੁਸੀਂ ਮੁਨਸਲਿਕ ਰਹੇ ਹੋਵੋ ਕਿ ਵੀ ਜਿਹੜਾ ਕੋਈ ਤੁਹਾਨੂੰ ਬਚਪਨ 'ਚ ਜ਼ਿਆਦਾ ਯਾਦ ਰਿਹਾ ਹੋਵੇ ਕਿ ਵੀ ਯਾਰ ਉਹ ਫਲਾਣਾ ਬੰਦਾ ਸੀ ਫਲਾਣੀ ਗੱਲ ਸੀ ਅਸਲ 'ਚ ਦੂਸਰੀ ਤੀਸਰੀ ਦਾ ਸਟੂਡੈਂਟ ਜਿਹੜਾ ਹੈ ਉਹ ਇਤਨਾ ਤਾਂ ਨਹੀਂ ਉਹ ਹੁਣ ਜੇ 6-7 ਸਾਲ ਦੇ ਜੇ ਬੱਚੇ ਨੇ ਨਾ ਉਹ ਤਾਂ ਮਾਸ਼ਾਅੱਲਾ ਵੀਡੀਓ ਦੇਖਦੇ ਸਾਡੇ ਜ਼ਮਾਨੇ ਦੇ 7 ਸਾਲ ਦੇ ਬੱਚੇ ਜਿਹੜੇ ਸਨ ਨਾ ਉਹ ਸਾਦੇ ਸੁਣਦੇ ਹੀ ਹੁੰਦੇ ਸਨ ਕੋਈ ਇਤਨਾ ਜ਼ਿਆਦਾ ਉਹਨਾਂ ਗੱਲਾਂ ਰੇਡੀਓ ਸੁਣਨਾ ਨਾ ਕੋਈ ਹੋਰ ਹੁਣ ਤਾਂ ਬੱਚੇ ਜੰਮਦੇ ਨੇ ਤੇ ਜਨਾਬ ਅਲੀ ਮੈਂ ਯਕੀਨ ਜਾਣੋ ਕਿ ਮੈਂ ਸਿਰਫ ਮੋਬਾਈਲ ਸੁਣਦਾ ਔਰ ਕਰਦਾ ਇਸ ਤੋਂ ਇਲਾਵਾ ਮੈਨੂੰ ਉਹਦੇ ਫੰਕਸ਼ਨ ਦਾ ਕੋਈ ਪਤਾ ਨਹੀਂ ਆਉਂਦਾ ਕਿ ਮੈਂ ਸੂਬੇਦਾਰ ਹੈੱਡ ਕਲਰਕ ਰਿਹਾ ਮੈਂ ਦਿਲਚਸਪੀ ਕੋਈ ਨਹੀਂ ਮੈਨੂੰ ਵੀ ਫੋਨ ਆ ਕੇ ਕਿਸੇ ਬੱਚੀ ਦਾ ਕਿਸੇ ਦਾ ਸੁਣ ਲਿਆ ਜਾਂ ਕਰ ਦਿੱਤਾ ਬਸ ਦੇਖੋ ਜੀ ਗੱਲ ਫਿਰ ਇੱਕ ਵਾਰੀ ਦੁਬਾਰਾ ਘੁੰਮ ਫਿਰ ਕੇ 47 ਦੇ ਉੱਤੇ ਆ ਜਾਂਦੀ ਹੈ ਕਿਉਂਕਿ ਖੋਰੇ ਸੱਚ 47 ਦੇ ਜਿਹੜੇ ਐਵੀਡੈਂਸ ਮੈਂ ਇਕੱਠੇ ਕਰ ਰਿਹਾ ਆਰਕੇਵ 1947 ਦੇ ਮੁਤਲਕ ਉਹਦੇ 'ਚ ਤੁਸੀਂ ਦੇਖੋਗੇ ਇਹਨਾਂ ਬਜ਼ੁਰਗਾਂ ਦੀ ਵੀ ਉਹੀ ਗੱਲ ਹੈ ਜਿਹੜੀ ਕਿ ਪਹਿਲੇ ਦੋ ਵਾਰੀ ਗੱਲ ਰਿਪੀਟ ਹੋ ਚੁੱਕੀ ਹੈ ਕਿ ਇੱਥੇ ਜਿਹੜੇ ਲੋਕ ਰਹਿੰਦੇ ਸਨ ਮੁਸਲਮਾਨ ਸਿੱਖ ਜਾਂ ਹਿੰਦੂ ਇਹਨਾਂ ਦਾ ਆਪਸ ਦੇ ਵਿੱਚ ਕੋਈ ਕਿਸੇ ਕਿਸਮ ਦਾ ਕੋਈ ਕਲੈਸ਼ ਨਹੀਂ ਸੀ ਔਰ ਨਾ ਹੀ ਕਿਸੇ ਨੇ ਇੱਕ ਦੂਜੇ ਨੂੰ ਮਾਰਿਆ ਔਰ ਨਾ ਹੀ ਕੋਈ ਕਤਲੇਆਮ ਕੀਤਾ ਹੈ ਆਖਰ ਉਹ ਕੌਣ ਲੋਕ ਸਨ ਜਿਹੜੇ ਲੋਕ ਕਿਸੇ ਨੂੰ ਦੇਖਣਾ ਨਹੀਂ ਸੀ ਚਾਹੁੰਦੇ ਜਾਂ ਇੱਥੇ ਇਕੱਠੇ ਬੈਠਣਾ ਦੇਖਣਾ ਨਹੀਂ ਸੀ ਚਾਹੁੰਦੇ ਜਾਂ ਮਤਲਬ ਕਿ ਨਾਮ ਜਿਹੜਾ ਸੀ ਲੋਕਲ ਪੰਜਾਬੀਆਂ ਦਾ ਜਾਂ ਲੋਕਲ ਮੁਸਲਮਾਨਾਂ ਦਾ ਲੈਣਾ ਚਾਹੁੰਦੇ ਸੀ ਆਖਰ ਇਹ ਪ੍ਰੀ ਪਲੈਨ ਜਿਹੜੀ ਚੀਜ਼ ਸੀ ਉਹ ਕਿਹੜੀ ਚੀਜ਼ ਸੀ ਜਿਹੜੀ ਕਿ ਇਹਨਾਂ ਨੇ ਐਸਾ ਕੀਤਾ ਜਿਹਦੇ ਵਜ੍ਹਾ ਨਾਲ ਇੰਨਾ ਖੂਨ ਖਰਾਬਾ ਔਰ ਇੰਨਾ ਸਾਰਾ ਕੁਛ ਹੋਇਆ ਮੈਨੂੰ 3 ਜਗ੍ਹਾ ਤੋਂ ਐਵੀਡੈਂਸ ਮਿਲੇ ਨੇ ਕਿ ਉਹ ਕਬਾਇਲੀ ਸਨ 2 ਜਗ੍ਹਾ ਤੋਂ ਐਵੀਡੈਂਸ ਮਿਲੇ ਨੇ ਉਹਨਾਂ ਨੇ ਕਿਹਾ ਜੀ ਅਫਗਾਨੀ ਸਨ ਅਸੀਂ ਤਾਂ ਮਾਸਟਰ ਤਾਰਾ ਸਿੰਘ ਦਾ ਨਾਂ ਸੁਣਦੇ ਹਾਂ ਜ਼ਿਆਦਾਤਰ ਕਿ ਫਤੂਰ ਉਸੇ ਨੇ ਇਸ਼ਾਰਾ ਇੱਥੇ ਬਿਛਾਇਆ ਕੁਝ ਲੋਕ ਇਸ ਗੱਲ ਨੂੰ ਸੁਣ ਕੇ ਬੜਾ ਚਿੜ ਖਾਂਦੇ ਨੇ ਬੜੀ ਉਹਨਾਂ ਨੂੰ ਗੁੱਸਾ ਆਉਂਦਾ ਹੈ ਦੇਖ ਲਓ ਜਿਹੜੇ ਪ੍ਰਾਇਮਰੀ ਸੋਰਸ ਨੇ ਇੱਥੋਂ ਟੋਟਲ 10 ਕਿਲੋਮੀਟਰ ਵੀ ਨਹੀਂ ਹੈ ਹੁਣ ਹਰਨਾਲ ਔਰ ਹਰਿਆਲ ਯਾਨੀ ਕਿ 3.5 ਮੀਲ ਟੋਟਲ ਫਾਸਲਾ ਹੋਏਗਾ ਇੱਥੋਂ ਟੋਟਲ ਹਰਨਾਲ ਦਾ ਮਾਸਟਰ ਤਾਰਾ ਸਿੰਘ ਦਾ ਔਰ ਦੇਖ ਲਓ ਕਿਹਾ ਜਾ ਰਿਹਾ ਹੈ ਕਿ ਵੀ ਸ਼ਰਾਰਤ ਜਿਹੜੀ ਹੈ ਇਸ ਇਲਾਕੇ ਜਿਹੜੀ ਹੋਈ ਹੈ ਮਾਸਟਰ ਤਾਰਾ ਸਿੰਘ ਦੀ ਵਜ੍ਹਾ ਨਾਲ ਹੋਈ ਹੈ ਕੀ ਕਿਹਾ ਜਾਂਦਾ ਕਿਉਂ ਇਹ ਕਿਉਂ ਲਫ਼ਜ਼ ਇਸਤੇਮਾਲ ਕੀਤੇ ਜਾਂਦੇ ਨੇ ਕਿਉਂਕਿ ਉਸਨੇ ਅੰਨਿਆਂ ਟਿਕਾਣਾ ਸਰਦਾਰ ਉਹ ਪੜ੍ਹਿਆ ਲਿਖਿਆ ਸੀ ਕੁਝ ਮਤਲਬ ਹੈ ਉਹਦਾ ਕੋਈ ਹੋਏਗਾ ਸਿਸਟਮ ਅਤੇ ਉਹਦੇ ਕਹਿਣ 'ਤੇ ਫਿਰ ਸਿੱਖ ਜ਼ਿਆਦਾ ਅਮਲ ਕਰਦੇ ਸਨ ਲੇਕਿਨ ਕਿਹਾ ਜਾਂਦਾ ਹੈ ਕੁਛ ਲੋਕਾਂ ਨੇ ਕਿਹਾ ਕਿ ਵੀ ਤਾਰਾ ਸਿੰਘ ਦਾ ਘਰ ਸਾੜ ਦਿੱਤਾ ਸੀ ਇੰਝ ਕੀਤਾ ਸੀ ਉਂਝ ਕੀਤਾ ਸੀ ਉਹ ਸਾਰਾ ਕੁਛ ਹੋਇਆ ਸੀ ਕਿਆ ਉਸ ਤੋਂ ਪਹਿਲੇ ਦੀ ਗੱਲ ਹੈ ਜਾਂ ਬਾਅਦ ਦੀ ਗੱਲ ਹੈ ਇਹ ਤਾਂ ਫਿਰ ਇੰਤਕਾਮੀ ਤੌਰ 'ਤੇ ਜਿਸਲੇ ਬਾਅਦ 'ਚ ਉਸ ਕੋਈ ਹਰਕਤਾਂ ਐਸੀਆਂ ਕੀਤੀਆਂ ਤਾਂ ਫਿਰ ਤੁਹਾਨੂੰ ਪਤਾ ਹੈ ਕਿ ਗੁੱਸਾ ਤਾਂ ਬੰਦੇ ਨੂੰ ਆ ਜਾਂਦਾ
ਫਿਰ ਤੇ ਉਹ ਇੰਤਕਾਮ ਵੀ ਤੌਰ ਤੇ ਕਰਦਾ ਹੈ। ਸੁੱਖੋ ਆਖੀ ਦੇ ਬੈਗ ਰੱਖਣਾ ਮਾਰਦਾ ਮੇਰੀ ਵਾਲਦਾ ਬਾਣੀ ਵਿੱਚ ਸੁੱਖੋ ਆਖਣਾ ਆਖੀ ਦੇ ਬੈਗ ਆਖੀ ਨਹੀਂ ਮਾਰਦਾ ਉਹ ਤੇ ਬੈਗ ਰੱਖਣਾ ਨਹੀਂ ਉਹ ਸੀ ਉਹ ਕਲਰ ਨਾ ਸੀ ਪੀੜੀ ਤੋਂ ਬਾਬਾ ਗੁਰੂ ਨਾਨਕ ਸਾਹਿਬ ਦੀ ਜਿਹੜੀ ਹੈ ਪੀੜੀ ਹੈ ਉਹਦੇ ਵਿੱਚੋਂ ਨੇ ਔਰ ਬੜੀ ਨਾਮਵਰ ਸ਼ਖਸੀਅਤ ਹੋਏ ਨੇ। ਗੋਰਿਆਂ ਨੇ ਉਹਨਾਂ ਨੂੰ ਸਰ ਬਾਬਾ ਖੇਮ ਸਿੰਘ ਬੇਦੀ ਦਾ ਨਾਮ ਖਿਤਾਬ ਦਿੱਤਾ ਸੀ। ਰਾਵਲਪਿੰਡੀ ਮੈਡੀਕਲ ਕਾਲਜ ਜਿਹੜਾ ਉਹ ਉਹਨਾਂ ਨੇ ਆਪਣੀ ਬੇਟੀ ਦੀ ਸ਼ਾਦੀ ਦੇ ਉੱਤੇ ਗ੍ਰਾਂਟ ਦਿੱਤੀ ਸੀ, ਜਿਹਦੇ ਤੋਂ ਉਹ ਸਕੂਲ ਜਿਹੜਾ ਸੀ ਉਹ ਬਣਾਇਆ ਗਿਆ ਸੀ ਔਰ ਉਸ ਤੋਂ ਬਾਅਦ ਬਾਅਦੋਂ ਕਾਲਜ ਹੋਇਆ ਔਰ ਕਾਲਜ ਤੋਂ ਬਾਅਦ ਮੈਡੀਕਲ ਕਾਲਜ ਦਾ ਦਰਜਾ ਦੇ ਦਿੱਤਾ ਗਿਆ ਸੀ ਉਹਨੂੰ। ਬਾਬਾ ਖੇਮ ਸਿੰਘ ਬੇਦੀ ਜੀ ਦੇ ਮੁਤਲਕ ਮੈਂ ਫਿਰ ਇੱਕ ਵਾਰ ਤੋਂ ਦੁਬਾਰਾ ਕੋਈ ਪ੍ਰੋਗਰਾਮ ਕਰਾਂਗਾ, ਫਿਰ ਮੈਂ ਤੁਹਾਨੂੰ ਉਹਨਾਂ ਦੇ ਮੁਤਲਕ ਬਾਕੀ ਦੀ ਡਿਟੇਲ ਜਿਹੜੀ ਹੈ ਮੈਂ ਉਹ ਦੱਸਾਂਗਾ। ਅਤੇ ਉਹ ਦੱਸ ਰਹੇ ਨੇ ਕਿ ਉਹਨਾਂ ਦਾ ਰੱਖ ਰਖਾਓ ਇੰਨਾ ਸੀ ਕਿ ਉਹਨਾਂ ਦਾ ਆਪਣਾ ਹਾਥੀ ਸੀ ਔਰ ਉਸ ਹਾਥੀ 'ਤੇ ਬੈਠ ਕੇ ਉੱਥੋਂ ਕਲਰ ਤੋਂ ਸੁੱਖੋ ਤੱਕ ਆਉਂਦੇ ਸਨ। ਬਿਲਕੁਲ ਸੁਣਿਆ, ਅਸੀਂ ਵੀ ਸੁਣਿਆ ਵੀ ਉਹ ਆਉਂਦਾ ਸੀ ਹਾਥੀ, ਆਉਂਦਾ ਸੀ ਹਾਥੀ 'ਤੇ ਬੈਠ ਕੇ ਜੀ। ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਸੇਵ ਹਿਸਟੋਰੀਕਲ ਪਲੇਸਿਸ ਔਫ ਪਾਕਿਸਤਾਨ ਸਿੱਖ ਪੀਰੀਅਡ ਫੁੱਟਸਟੈਪਸ ਇਨ ਪਾਕਿਸਤਾਨ 19 ਬਿਟਰ ਟਰੁੱਥ ਆਫ ਦੀ 1947 ਪੰਜਾਬ ਪੇਜ ਯੇ ਹੈ ਮੇਰਾ ਪਾਕਿਸਤਾਨ। ਦੇਖਦੇ ਰਹੋ ਤਮਾਮ ਪੇਜਿਸ ਔਰ ਨਹੀਂ ਤੋਂ ਨਹੀਂ ਮਾਲੂਮਾਤ ਤੁਹਾਡੇ ਕੋਲ ਸਾਹਮਣੇ ਆਉਂਦੀ ਜਾਏਗੀ। ਅੱਜ ਇੱਕ ਨਵਾਂ ਖੋਰਾ ਸੱਚ ਸਾਹਮਣੇ ਆਇਆ, ਮੇ ਵੀ ਕੁਛ ਲੋਕਾਂ ਨੂੰ ਬੁਰਾ ਵੀ ਲੱਗਿਆ ਹੋਏਗਾ, ਕੁਛ ਗੱਲਾਂ ਜਿਹੜੀਆਂ ਵਿੱਚ ਐਸੀਆਂ ਨੇ, ਲੇਕਿਨ ਇਹ ਮੇਰੇ ਕਲਮਾਤ ਨਹੀਂ ਹੈ, ਮੇਰੇ ਅਲਫਾਜ਼ ਨਹੀਂ, ਮੇਰੇ ਅੱਖਰ ਨਹੀਂ ਹੈ। ਇਹ ਪ੍ਰਾਇਮਰੀ ਸੋਰਸ ਜੋ ਜਿਨ੍ਹਾਂ ਨਾਲ ਬੀਤਿਆ, ਜਿਨ੍ਹਾਂ ਨੇ ਦੇਖਿਆ, ਜਿਨ੍ਹਾਂ ਨਾਲ ਗੁਜ਼ਰਿਆ, ਉਹ ਖੁਦ ਦੱਸਦੇ ਨੇ। ਅਤੇ ਲਿਹਾਜ਼ਾ ਪਲੀਜ਼ ਇਸ ਚੀਜ਼ ਤੋਂ ਅਵੋਇਡ ਕੀਤਾ ਕਰੋ ਕਿ ਜਦੋਂ ਪੇਜ ਦੇ ਉੱਤੇ ਕੋਈ ਗੱਲ ਐਸੀ ਹੁੰਦੀ ਹੈ ਉਹ ਉਸ ਬੰਦੇ ਦਾ ਪਰਸਨਲ ਐਕਸਪੀਰੀਅੰਸ ਹੁੰਦਾ। ਜ਼ਰੂਰੀ ਨਹੀਂ ਹੈ ਕਿ ਉਹ ਪੂਰੇ ਪੰਜਾਬ ਦਾ ਹੋਵੇ, ਜ਼ਰੂਰੀ ਨਹੀਂ ਹੈ ਕਿ ਪੂਰੇ ਪਾਕਿਸਤਾਨ ਦਾ ਹੋਵੇ, ਉਹ ਇੱਕ ਬੰਦੇ ਦੀ ਗੱਲ ਹੁੰਦੀ ਹੈ ਜਿਹਦੇ ਨਾਲ ਜੋ ਬੀਤਿਆ ਹੁੰਦਾ। ਦੇਖੋ ਜੀ ਕੱਟਵੱਟ ਦੀ ਗੱਲ ਹੋਈ ਹੈ ਤਾਂ ਉਹਨਾਂ ਨੇ ਕਿਹਾ ਕਿ ਅਗਰ ਪਿੰਡੀ ਦੇ ਵਿੱਚ ਜਦੋਂ ਅਸੀਂ ਦੇਖਿਆ ਤਾਂ ਰੇਲਵੇ ਸਟੇਸ਼ਨ ਦੇ ਬਾਹਰ ਕਤਲੇਆਮ ਸੀ, ਇੱਥੇ ਵੀ ਕਤਲੇਆਮ ਹੋਇਆ ਲੇਕਿਨ ਇੱਥੇ ਦੇ ਲੋਕਲ ਲੋਕਾਂ ਨੇ ਕੁਛ ਨਹੀਂ ਕੀਤਾ। ਉਸ ਤੋਂ ਇਲਾਵਾ ਇਹਨਾਂ ਨੇ ਇੱਕ ਗੱਲ ਕੀਤੀ ਹੈ ਕਿ ਵੀ ਜਦੋਂ ਇੱਥੇ ਜਿਹੜੀਆਂ ਦੁਕਾਨਾਂ ਸੀ, ਕਿਉਂਕਿ ਮੰਡੀ ਸੀ ਔਰ ਇੱਥੇ ਦੇ ਸਿੱਖ ਇੰਨੇ ਅਮੀਰ ਸਨ ਕਿਉਂਕਿ ਤਿੰਨ ਤਿੰਨ ਮੰਜ਼ਿਲਾਂ ਚੁਬਾਰੇ ਸਨ ਔਰ ਚੁਬਾਰਿਆਂ ਦੇ ਉੱਤੇ ਹੁਣ ਆ ਕੇ ਮਾਡਰਨ ਦੌਰ ਦੇ ਵਿੱਚ ਟੈਂਕ ਬਣੇ ਨੇ ਪਾਣੀ ਦੇ, ਲੇਕਿਨ ਉਹ ਕਹਿ ਰਹੇ ਨੇ ਕਿ ਤੀਸਰੇ ਫਲੋਰ ਦੇ ਉੱਤੇ ਇੱਕ ਟੈਂਕੀ ਬਣਾਈ ਹੁੰਦੀ ਸੀ, ਟੈਂਕੀ ਦੇ ਵਿੱਚ ਪਾਣੀ ਜਿਹੜਾ ਮਾਸ਼ਕੀ ਪਾਣੀ ਪਾਉਂਦੇ ਸਨ, ਫਿਰ ਲੋਕ ਆਪਣੇ ਘਰ ਸ਼ਹਾਨਾ ਤਰੀਕੇ ਨਾਲ ਅੰਦਰ ਟਾਈਲਾਂ ਲੱਗੀਆਂ ਹੁੰਦੀਆਂ ਸੀ ਉਸ ਬਾਥਰੂਮ ਦੇ ਜਿਹੜਾ ਨਾ ਉਹ ਬਾਥ ਲੈਂਦੇ ਸਨ ਔਰ ਵੱਡੇ ਵੱਡੇ ਬਿਜ਼ਨਸ ਸਨ। ਔਰ ਨਵੀਂ ਗੱਲ ਇਹਨਾਂ ਨੇ ਜਿਹੜੀ ਦੱਸੀ ਹੈ ਕਿ ਸਰਦਾਰ ਸ਼ਿਵ ਸਿੰਘ ਜਿਹੜੇ ਨੇ ਇਹਨਾਂ ਦਾ ਪੂਰਾ ਇੱਕ ਬਾਜ਼ਾਰ ਸੀ ਰਾਵਲਪਿੰਡੀ ਦੇ ਵਿੱਚ, ਅਤੇ ਉਹ ਬਾਜ਼ਾਰ ਇਹਨਾਂ ਨੇ ਕੋਈ ਨਾਮ ਦੱਸਿਆ ਸੀ, ਲੇਕਿਨ ਇਹ ਕਿ ਇਹਨਾਂ ਨੂੰ ਵੀ ਪੂਰਾ ਕਲੀਅਰ ਨਹੀਂ ਹੈ, ਲੇਕਿਨ ਦੱਸ ਰਹੇ ਨੇ ਕਿ ਇੱਕ ਪੂਰਾ ਬਾਜ਼ਾਰ ਉਹਨਾਂ ਦਾ ਸੀ ਰਾਵਲਪਿੰਡੀ ਦੇ ਅੰਦਰ। ਕੋਈ ਯਾਦ ਹੈ ਕਿ ਜੀ ਕੀ ਨਾਮ ਲੈਂਦੇ ਨੇ ਉਹ? ਨਨਕਾਰੀ ਬਾਜ਼ਾਰ ਇੱਕ ਸੀ, ਇਸ ਤਰ੍ਹਾਂ ਹੀ ਦੱਸਦੇ ਨੇ ਕੋਈ ਮਤਲਬ ਬਾਜ਼ਾਰ ਹੈ, ਲੇਕਿਨ ਇਹ ਆਮ ਲੋਕਾਂ ਕੋਲ ਸੁਣਿਆ ਕਿ ਉੱਥੇ ਬਾਜ਼ਾਰ ਸੀ। ਅੱਛਾ, ਇਹਨਾਂ ਦਾ ਪੂਰਾ ਗੁਰਜੀਤ ਜੀ ਸੁਣੋ ਕਿ ਤੁਹਾਡੇ ਫੋਰ ਫਾਦਰਸ ਦਾ ਇੱਕ ਪੂਰਾ ਬਾਜ਼ਾਰ ਰਾਵਲਪਿੰਡੀ ਦੇ ਅੰਦਰ ਵੀ ਦੂਸਰਾ ਇੱਥੇ ਦੋ ਸ਼ਖਸੀਅਤਾਂ ਦਾ ਨਾਲ ਹੈ, ਰਾਜਾ ਮੋਹਨ ਸਰਵਰ ਸਾਹਿਬ ਦੇ ਅਰਦਾਸ ਸਨ ਔਰ ਆਨਰੇਰੀ ਮੈਜਿਸਟ੍ਰੇਟ ਸਨ। ਠੀਕ ਨਹੀਂ, ਉਹ ਸੀ ਇਸ ਵਿੱਚ ਨਾ ਉਗਾਈ ਕਰ ਰਹੇ ਉਹਨਾਂ ਨੇ ਚੱਲ ਕਿ ਹਿਸਟਰੀ ਉਹਨਾਂ ਨੇ ਚੱਲ ਕਰ ਰਹੇ, ਜਦੋਂ ਉਹਨਾਂ ਨੇ ਮਤਲਬ ਕਰਾਂਗੇ ਦੂਸਰਾ ਪ੍ਰੋਗਰਾਮ ਤੇ ਫਿਰ ਉਹਦੇ ਵਿੱਚ ਜਿਹੜਾ ਸੀ। ਠੀਕ ਹੈ, ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਫਿਰ ਹਾਜ਼ਰ ਹੋਵਾਂਗਾ ਕਿਸੇ ਖੋਰੇ ਸੱਚ ਦੇ ਨਾਲ।